ਸਸਿਕਾ ਡੈਡੀ ਜੀ ਔਰ ਆਖਰੇ ਕਾਲ ਪੈਰੀ ਜਿੰਦਾ ਰਹਾ ਖੁਸ਼ ਰਹਾ ਲਿਖਣਾ ਕੀ ਹੈ ਯਾਰ ਸਤਪਾਲ ਕੋਲ ਜਾ ਮੰਡੀ ਦੇ ਵਿੱਚ ਇਹਨੂੰ ਕੰਜਰ ਨੂੰ 10 ਕੁਇੰਟਲ ਤੂੰ ਬਹਿ ਤੂੰ 10 ਕੁਇੰਟਲ ਇਹਨੂੰ ਗੇਹੂੰ ਭੇਜਿਆ ਆ ਪਿਓ ਦਾ ਮਾਲ ਸਮਝ ਕੇ ਬਹਿ ਗਿਆ ਤੁਸੀਂ ਸਤਵੰਤ ਦੀ ਟੈਨਸ਼ਨ ਨਾ ਲਿਆ ਕਰੋ ਸਤਵੰਤ ਨਹੀਂ ਹੈ ਧਿਆਨ ਰੱਖਿਆ ਕਰੋ ਮੈਂ ਛੱਡ ਦੋ ਉਹ ਯਾਰ ਸਤਪਾਲ ਉਹ ਖਾਲੀ ਕੱਲਾ ਨਹੀਂ ਹੈ ਇਹ ਜਿਹਨੂੰ 3 ਕੁਇੰਟਲ ਝੋਨਾ ਗਿਆ ਸੀ ਨਾ ਮੈਂ ਸਾਰਾ ਦੇਖ ਲਾਂਗਾ ਡੈਡੀ ਜੀ ਉਹਦੇ ਟੈਨਸ਼ਨ ਮੇਰਾ ਕਹਿਣ ਦਾ ਮਤਲਬ ਹੈ ਮੰਡੀ ਜਾ ਕੇ ਉਹਨਾਂ ਕੋਲ ਤੁਹਾਡੇ ਪਿਓ ਦਾ ਮਾਲ ਨਹੀਂ ਹੈ ਨਹੀਂ ਨਹੀਂ ਮੰਡੀ ਵਾਲੇ 5 ਲੱਖ ਰੁਪਏ ਲੈ ਕੇ ਆਪਣੀ ਹੈਲਥ ਦੀ ਚਿੰਤਾ ਕਰਿਆ ਕਰੋ ਮੇਰੀ ਹੱਥ ਨੂੰ ਕੀ ਹੋ ਗਿਆ ਠੀਕ ਹੈ ਅੱਛੀ ਗੱਲ ਹੈ ਪੋਜ਼ਿਟਿਵ ਹੋਣਾ ਪਰ ਲੇਕਿਨ ਤੁਹਾਨੂੰ ਪਤਾ ਨਾ ਦਵਾਈਆਂ ਟਾਈਮ ਸੋ ਖਾਣੀ ਹੈ ਸਭ ਕੁਝ ਸਕਣਾ ਹੈ ਤੁਸੀਂ ਇਹਨਾਂ ਗੱਲ ਦੀ ਟੈਨਸ਼ਨ ਨਾ ਲਓ ਸਵੇਰੇ ਸਵੇਰੇ ਮੈਨੂੰ ਬਿਮਾਰ ਪਾ ਕੇ ਰੱਖ ਦੇ ਨਹੀਂ ਤੁਸੀਂ ਬਿਮਾਰ ਨਹੀਂ ਹੋ ਪਰ ਫਿਰ ਪੂਰੀ ਜ਼ਿੰਦਗੀ ਤੁਸੀਂ ਕੰਮ ਕੀਤਾ ਹੁਣ ਸਾਡੀ ਜ਼ਿੰਮੇਵਾਰੀ ਹਾਂ ਤਾਂ ਕਰੀ ਜਾਓ ਮੈਨੂੰ ਵੀ ਆਪਣਾ ਕੰਮ ਕਰਨ ਦੇ ਮੈਂ ਲੋਲਿਆ ਬਣਾ ਕੇ ਬਿਠਾਣਾ ਕਰ ਨਹੀਂ 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 ਅੱਛਾ ਹਾਂ ਬੇਬੀ ਜੀ ਇੱਕ ਗੱਲ ਕਰਨੀ ਗੱਲ ਕੀ ਹੈ ਉਹ ਮੈਂ ਵਿਆਹ ਦੇ ਕਰ ਲਿਆ ਤੁਹਾਡੀ ਗੱਲ ਮੰਨ ਕੇ ਸੁਣੋ 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 ਬੋਲੋ ਨਾ ਉਹਨੇ ਮੇਰੀ ਗੱਲ ਅੱਛਾ ਮੈਂ ਮੈਂ ਤੁਹਾਡੀ ਗੱਲ ਮੰਨ ਕੇ ਵਿਆਹ ਤੇ ਕਰ ਲਿਆ ਪਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਅਥਲੀਟ ਹੈਗੀ ਹੈ ਉਹ ਬੜੀ ਦੁਖੀ ਜ਼ਿਆਦਾ ਨਹੀਂ ਹੈਗੀ ਮੇਰੀ ਗੱਲ ਸੁਣੋ ਤੇ ਮੈਂ ਤੁਹਾਡੇ ਕਹਿਣ ਤੇ ਤੁਹਾਡੇ ਸਪੋਰਟ ਨਾਲ ਮੈਂ ਵੀ ਤੱਕ ਕੀਤੀ ਹੈ ਤੇ ਹੁਣ ਸਾਰਾ ਬਿਜ਼ਨਸ ਹੀ ਸੰਭਾਲ ਰਿਹਾ ਸਾਰੇ ਉਹਨੇ ਮੈਂ ਸੰਭਾਲੇ ਹੋਏ ਨੇ ਤੋ ਉਹਨੂੰ ਵੀ ਐਮਬੀਏ ਕਰਾ ਦੇ ਹੁਣ ਠੀਕ ਹੈ ਅੱਠਵੀਂ ਫੇਲ ਅੱਠਵੀਂ ਪਾਸ ਕਰਾ ਦੇ ਉਹਨੂੰ ਮੈਨੂੰ ਇਹ ਗੱਲ ਦੱਸ ਦਿਓ ਮੈਨੂੰ ਇਹ ਗੱਲ ਦੱਸ ਉਹਦੇ ਵਰਗੀ ਐਡੀ ਸੋਹਣੀ ਕੁੜੀ ਐਡੀ ਸੁਸ਼ੀਲ ਕਾਕਾ ਮੇਰੀ ਗੱਲ ਤਾਂ ਪਹਿਲੇ ਸੁਣ ਲੈ ਜਾਂ ਤਾਂ ਤੂੰ ਪਹਿਲੇ ਆਪਣਾ ਚੱਲ ਨਹੀਂ ਤੁਸੀਂ ਬੋਲੋ ਤੁਸੀਂ ਨਹੀਂ ਤੁਸੀਂ ਵੱਡੇ ਤੁਸੀਂ ਬੋਲੋ ਤੁਸੀਂ ਵੱਡੇ ਮੇਰੀ ਗੱਲ ਸੁਣ ਇਹਦੇ ਨਾਲ ਦੀ ਸੁਸ਼ੀਲ ਕੁੜੀ ਐਡੀ ਸੋਹਣੀ ਹੈ ਹੱਥ ਲਾਇਆ ਮਹਿੰਦੀ ਹੁੰਦੀ ਹੈ ਪਤਾ ਨਹੀਂ ਤੂੰ ਹੱਥ ਲਾਇਆ ਕਿ ਨਹੀਂ ਲਗਾਇਆ ਪਰ ਮਹਿੰਦੀ ਹੋ ਜਾਂਦੀ ਆ ਉਹ ਦੂਜੀ ਗੱਲ ਪਤਾ ਕੀ ਹੈ ਜ਼ਿੰਮੇਦਾਰਾਂ ਦੀ ਕੁੜੀ ਹੈ ਉਹਦੇ ਅੱਗੇ ਪਿੱਛੇ ਇੰਨੇ ਨੌਕਰ ਨੇ ਇੰਨਾ ਕੁਛ ਹੈ ਕਿ ਕੁਛ ਕਹਿਣ ਦੀ ਗੱਲ ਨਹੀਂ ਪਤਾ ਕਾਕਾ ਤੇਰੇ ਮੇਰੀ ਗੱਲ ਸੁਣ ਕਰੋੜਾਂ ਰੁਪਏ ਤੇਰੇ ਬੈਂਕ ਦੇ ਵਿੱਚ ਆ ਗਏ ਹੋਰ ਤੈਨੂੰ ਹੋਰ ਕੀ ਚਾਹੀਦਾ ਪੈਸੇ ਨਾਲ ਜ਼ਿੰਦਗੀ ਚੱਲ ਜਾਂਦੀ ਹੈ ਨਹੀਂ ਤੇ ਹੋਰ ਕਿਹਨੂੰ ਚੱਲਦਾ ਦੋਸਤਾਂ ਯਾਰਾਂ ਕੋਲ ਮੈਂ ਲੈ ਕੇ ਜਾਂਦਾ ਸਾਰੇ ਉਹ ਐਮਬੀਏ ਕੀਤੀ ਹੋਈ ਸਾਰੇ ਉਹ ਟਾਪ ਬਿਊਰੋਕਰੇਟਸ ਉਹਨਾਂ ਦੇ ਅੱਗੇ ਜ਼ਬਾਨ ਨਹੀਂ ਖੁੱਲਦੀ ਹੁੰਦੀ ਤੇ ਨਾ ਸਹੀ ਉਹਨਾਂ ਦੇ ਅੱਗੇ ਜ਼ਬਾਨ ਬੋਲਣ ਦੀ ਕਰੋੜਾ ਹੱਥਾਂ ਨਾਲ ਚਿਕਨ ਫੜ ਕੇ ਖਾਣ ਲੱਗ ਪੈਂਦੀ ਉੱਥੇ ਹੀ ਤੇ ਤਾਂ ਕੀ ਹੋ ਗਿਆ ਹੱਥਾਂ ਦੇ ਨਾਲ ਹੀ ਚਿਕਨ ਖਾਈਦਾ ਹੋਰ ਲੱਤਾਂ ਨਾਲ ਖਾਈਦਾ ਤਮੀਜ਼ ਹੁੰਦੀ ਹੈ ਇੱਕ ਕੀ ਹੁੰਦੀ ਹੈ ਪ੍ਰੋਪਰ ਮੈਂ ਦੱਸ ਤੂੰ ਚਿਕਨ ਕਿਵੇਂ ਖਾਏਗਾ ਛੁਰੀ ਕਾਂਟੇ ਦੇ ਨਾਲ ਮੈਂ ਤੇ ਚੌਪ ਸਟਿਕ ਨਾਲ ਪ੍ਰੋਪਰ ਖਾਂਦਾ ਚੌਪ ਸਟਿਕ ਦੇ ਨਾਲ ਉਹਦੀ ਹੱਡੀ ਉਹਦੀ ਲੈਗ ਪੀਸ ਜੀ ਤੁਸੀਂ ਨਾ ਗੱਲ ਨੂੰ ਕਿੱਥੋਂ ਤੋਂ ਕਿੱਥੋਂ ਲੈ ਕੇ ਲੈਗ ਪੀਸ ਨੂੰ ਚੌਪ ਸਟਿਕ ਨਾਲ ਖਾਏਗਾ ਛੋਟੀ ਜੀ ਗੱਲ ਹੈਗੀ ਮਤਲਬ ਠੀਕ ਹੈ ਕਿਚਨ ਵਿੱਚ ਤਾਂ ਠੀਕ ਲੱਗਦੀ ਹੈ ਬਿਸਤਰ ਵਿੱਚ ਹੁੰਦੀ ਹੈ ਠੀਕ ਹੁੰਦੀ ਹੈ ਬਿਸਤਰ ਦੇ ਵਿੱਚ ਤਾਂ ਠੀਕ ਹੈ ਮੈਨੂੰ ਬਹੁਤ ਗੱਲ ਤੋਂ ਸੁਣਾ ਪਏ ਇਹਦਾ ਹਿਸਾਬ ਕਿਤਾਬ ਠੀਕ ਚੱਲ ਰਿਹਾ ਹੈ ਤੇਰੇ ਕੋਲੋਂ ਨੀ ਖੁਸ਼ ਰਿਹਾ ਕਿ ਉਹਦੇ ਕੋਲੋਂ ਨੀ ਹੋ ਰਿਹਾ ਚਲੋ ਮੇਰੀ ਕਮੀ ਹੋਏ ਉਹਦੀ ਹੋਏ ਉਹਨੂੰ ਛੱਡੋ ਪਰ ਤੇਰੀ ਕਮੀ ਹੈ ਤੇ ਕਿਸੇ ਨੂੰ ਪਤਾ ਲੱਗ ਜੇ ਤੁਸੀਂ ਨਾ ਗੱਲ ਨੂੰ ਕਿੱਥੋਂ ਤੱਕ ਲੈ ਕੇ ਤੇਰੀ ਕਮੀ ਕਿਉਂ ਹੈ ਤੇਰੇ ਅੰਦਰ ਨਹੀਂ ਹੈ ਉਹ ਛੱਡੋ ਖਾਂਦਾ ਪੀਂਦਾ ਜੱਟ ਆਦਮੀ ਹੈ ਤੈਨੂੰ ਕੀ ਪਤਾ ਪਈ ਹੈ ਤੁਸੀਂ ਮੇਰੀ ਮਰਜ਼ੀ ਨਾਲ ਵਿਆਹ ਕਰਾਉਂਦੇ ਨਾ ਤੇ ਹੁਣੇ ਤੱਕ 2 ਨਿਆਣੇ ਹੋ ਜਾਣੇ ਸੀ ਮਤਲਬ 4 ਮਹੀਨੇ ਦੇ ਚ ਇੱਕ ਬੰਦਾ ਸਾਡੀ ਇੰਨਾ ਫਾਸਟ ਮਤਲਬ 4 ਮਹੀਨੇ ਦੇ ਤੇਰਾ ਅੰਡਾ ਪੱਕ ਕੇ ਬਾਹਰ ਆ ਡੈਡੀ ਤੁਸੀਂ ਇਹ ਗੱਲ ਕਿੱਥੋਂ ਤੱਕ ਕਿੱਥੋਂ ਲੈ ਕੇ ਜਾ ਰਹੇ ਹੋ ਹੋਰ ਕੀ ਕਰਾਂ ਤੂੰ ਰਹਿਣਾ ਨਹੀਂ ਤੇ ਤੂੰ ਜਾ ਕਿਤੇ ਹੋਰ ਚਲੇ ਜਾ ਇਹਨੂੰ ਮੇਰੇ ਕੋਲ ਰਹਿਣ ਦੇ ਕਿਉਂ ਮੇਰਾ ਘਰ ਹੈਗਾ ਮੇਰੇ ਡੈਡੀ ਨੇ ਮੈਨੂੰ ਪਾਲਿਆ ਮੈਂ ਮੇਰੀ ਬਹੂ ਹੈ ਨਹੀਂ ਨਹੀਂ ਮੇਰੀ ਮੈਂ ਕੁਝ ਵੀ ਤੁਹਾਡਾ ਮੈਂ ਕੁਝ ਨਹੀਂ ਪੋਤਰ ਪੁੱਤ ਪੁੱਤ ਰਹਿੰਦੇ ਆ ਬਹੂ ਰਹਿੰਦੀ ਬਹੂ ਬੇਟੀ ਹੋ ਜਾਂਦੀ ਦੇਖੋ ਮੈਂ ਦੇਖੋ ਮੈਂ ਬਾਕੀ ਪੁੱਤਿਆਂ ਪੁੱਤਵਕਾ ਨਹੀਂ ਹੈਗਾ ਕਿ ਬਿਲਕੁਲ ਸਿਆਣ ਨੂੰ ਕਿਹਾ ਤੂੰ ਪੁੱਤ ਪੁੱਤ ਪਹਿਲੇ ਕੀ ਬੋਲਿਆ ਸੀ ਪੁੱਤੀ ਬੋਲਿਆ ਪੁੱਤੀ ਬੋਲੇ ਮਾਰ ਲੋ ਮਾਰ ਬੜੇ ਮੈਂ ਮਿਸ ਕੀਤਾ ਬੜੀ ਹੈ ਮਾਰ ਵੀ ਬੜੀ ਮਿਸ ਕੀਤੀ ਹੈ ਮੈਂ ਸੋਚਣਾ ਵੀ ਨਹੀਂ ਡੈਡੀ ਜੀ
ਤੂੰ ਸੋਚਣਾ ਵੀ ਨਹੀਂ ਮੈਂ ਕੋਈ ਗੱਲ ਨਹੀਂ ਪਤਾ ਕੀ ਹੈ ਲੰਬੜਦਾਰਾਂ ਨੇ ਫੜ ਕੇ ਸਾਰੇ ਤੇਰੇ ਖਾਨਦਾਨ ਮੈਂ ਨਹੀਂ ਟੈਨਸ਼ਨ ਲੈਂਦਾ ਮੈਂ ਨਹੀਂ ਟੈਨਸ਼ਨ ਲੈਂਦਾ ਤੰਦੇ ਦਾ ਟੱਟਾ ਦਾ ਟੱਟਾ ਦਾ ਮੁੰਡਾ ਮੈਂ ਨਹੀਂ ਟੈਨਸ਼ਨ ਲੈਂਦਾ ਅੱਛਾ ਉੱਥੇ ਬੈਠ ਤੂੰ ਨਾੜੀ ਪਈ ਬਾਤ ਮੇਰੀ ਬਾਤ ਸੁਣ ਮੇਰੀ ਬਾਤ ਸੁਣ ਧਿਆਨ ਨਾਲ ਬੋਲੋ ਡੈਡੀ ਉਹ ਆਪਣੇ ਲੰਬੜਦਾਰ ਹੈਗੇ ਹਾਂਜੀ ਉਹਨਾਂ ਦੀ ਕੁੜੀ ਬੜੀ ਪੜ੍ਹੀ ਲਿਖੀ ਆਈ ਹੈ ਕਾਲਜ ਦੇ 25 ਯਾਰ ਨਾਲ ਆਏ ਨੇ ਔਰ ਸੁਣ ਤਾਂ ਸਹੀ ਉਹ ਸਾਰੇ ਗਲੇ ਮਿਲਦੇ ਨੇ ਪਤਾ ਨਹੀਂ ਕੌਣ ਜੱਫੀਆਂ ਪਾ ਰਹੇ ਕੌਣ ਕੀ ਮਜ਼ਾ ਲੈ ਰਹੇ ਨਾ ਤੇ ਮੁੰਡਾ ਪਿਆ ਖਲੋਤਾ ਖੋਲੇ ਉਹ ਦੇਖਦਾ ਰਹਿੰਦਾ ਪਤਾ ਨਹੀਂ ਕਿਲੇ ਉਹਦੀ ਵਾਰੀ ਕਿਸਨੇ ਆਏਗੀ ਉਹ 25 ਯਾਰ ਮੌਜਾਂ ਲੈ ਰਹੇ ਨੇ ਹਾਂ ਔਰ ਉਹ ਲੰਬੜਦਾਰ ਟੱਕ ਰਿਹਾ ਯਾਰ ਗੱਲ ਨਹੀਂ ਹੈ ਪੜ੍ਹੀ ਲਿਖੀ ਕੁੜੀਆਂ ਬਹੁਤ ਜਿਹੜੀਆਂ ਹੁੰਦੀਆਂ ਉਹਨਾਂ ਦੇ ਯਾਰ ਬੇਲੀ ਵੀ ਬਹੁਤ ਹੁੰਦੇ ਨੇ ਜਮੀਦਾਰ ਤੁਸੀਂ ਡਰੀ ਜਾਂਦੇ ਹੋ ਡੈਡੀ ਜੀ ਉਹ ਕਿਚਨ ਵਿੱਚ ਠੀਕ ਰਹਿੰਦੀ ਹੈ ਉਸ ਤੋਂ ਬਾਅਦ ਜਦੋਂ ਆਉਂਦੀ ਹੈ ਨਾ ਫਿਰ ਐਸਾ ਲੱਗਦਾ ਕਿਚਨ ਦੇ ਵਿੱਚ ਧੂਣੇ ਕਿਹਾ ਸੀ ਕਿ ਕਮਰੇ ਦੇ ਵਿੱਚ ਵੀ ਵਧੀਆ ਹੈ ਔਰ ਡੈਡੀ ਜੀ ਪਰ ਸਿਰਫ ਕਮਰਾ ਹੀ ਸਭ ਕੁਝ ਨਹੀਂ ਹੁੰਦਾ ਨਾ ਬਾਹਰ ਵੀ ਤੇ ਦੋਸਤਾਂ ਯਾਰਾਂ ਵਿੱਚ ਵੀ ਤੇ ਜਾਣਾ ਪੈਂਦਾ ਔਰ ਰੈਸਟੋਰੈਂਟ ਵੀ ਲਿਜਾ ਸਕਦੇ ਹੋ ਉਹਨੂੰ ਅਜੀਬ ਨਾਲ ਗੱਲ ਕਰੋ ਵੇਟਰ ਨਾਲ ਅਜੀਬ ਜਿਹਾ ਤਰੀਕੇ ਨਾਲ ਗੱਲ ਕਰ ਲੈ ਕੀ ਕਹਿੰਦੀ ਔਰ ਵੇਟਰ ਇੱਧਰ ਆ ਖਾਣਾ ਪਾ ਨਹੀਂ ਉਸ ਦਿਨ ਉਹ ਕੁਝ ਖਾਣਾ ਸੀ ਉਹਨੇ ਉਹ ਕਹਿੰਦੀ ਗੋਲ ਗੱਪੇ ਲੈ ਕੇ ਆਓ ਉਹ ਵੇਟਰ ਪਾਗਲ ਹੋ ਗਿਆ ਕਹਿੰਦਾ ਇਹ ਕਿੱਥੇ ਕੀ ਚੀਜ਼ ਮੰਗ ਰਹੀ ਚਾਈਨੀ ਰੈਸਟੋਰੈਂਟ ਜਾ ਕੇ ਉਹਨੂੰ ਗੋਲ ਗੱਪੇ ਵਾਲੀ ਦੁਕਾਨ ਤੇ ਲੈ ਜਾਣਾ ਉਹ ਮੈਂ ਸੂਟ ਟਾਈ ਪਾਈ ਉਹ ਗੋਲ ਗੱਪਿਆਂ ਵਾਲੇ ਕੋਲ ਖੜੋ ਕੇ ਉਹਨੂੰ ਖਵਾਵਾ ਤੂੰ ਗੰਦੇ ਹੱਥਾਂ ਨਾਲ ਖਾਂਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਯਾਰ ਤੂੰ ਸੂਟ ਤੇ ਟਾਈਆਂ ਪਾ ਕੇ ਕਿਉਂ ਘੁੰਮ ਰਿਹਾ ਤੂੰ ਜੱਟਾਂ ਦੇ ਕੱਪੜੇ ਪਾ ਉਹ ਡੈਡੀ ਤੇ ਲਾਛਾ ਬੰਨ ਕੁਰਤਾ ਪਾ ਤੇ ਜਾ ਉਹ ਤੇ ਵੈਸਟਰਨ ਸਾਡਾ ਰਿਹਾ ਮੈਨੂੰ ਸ਼ੁਰੂ ਤੋਂ ਅੱਛਾ ਲੱਗਦਾ ਵੈਸਟਰਨ ਪਾਣਾ ਉਹ ਗੱਲ ਨਹੀਂ ਹੈਗੀ ਡੈਡੀ ਜੀ ਗੱਲ ਹੈਗੀ ਹੈ ਇਸੇ ਲਈ ਰਿਪੀਟ ਦੀ ਮੈਂ ਜ਼ਿੰਮੇਦਾਰਾਂ ਨੂੰ ਉਹ ਦਿੱਤੀ ਹੈ ਜ਼ਬਾਨ ਕਿ ਇਹ ਮੇਰੀ ਬੇਟੀ ਹੈ ਮੈਂ ਬੇਟੀ ਬਣਾ ਕੇ ਲਿਆਉਂਦੀ ਹੈ ਮੇਰੀ ਬਾਤ ਸਮਝ ਰਹੇ ਹਾਂ ਕਾਕਾ ਦੇਖ ਮੈਂ ਤੈਨੂੰ ਦੱਸਾਂ ਜਿਹੜੇ ਸੰਬੰਧ ਹੁੰਦੇ ਨਾ ਅੱਛੇ ਸੰਬੰਧ ਅੱਛੇ ਖਾਨਦਾਨ ਬੜੀ ਮੁਸ਼ਕਿਲ ਨਾਲ ਮਿਲਦੇ ਆਪਸ ਦੇ ਵਿੱਚ ਸਮਝੇ ਕਿ ਨਹੀਂ ਤੂੰ ਟੱਕਿਆ ਨਹੀਂ ਉਹ ਸਾਰੀ ਜ਼ਿੰਦਗੀ ਟੱਕੇ ਰਹੋ ਪਤਾ ਕਿਉਂ ਇਹਦੇ ਵਿੱਚ ਹੀ ਇੱਜ਼ਤ ਬਣੀ ਪਈ ਹੈ ਆਪਣੀ ਸਾਰੀ ਇੱਥੇ ਇਸ ਸਮਾਜ ਦੇ ਅੰਦਰ ਇਸ ਪਿੰਡ ਦੇ ਅੰਦਰ ਸਾਡੀ ਸਾਰੀ ਇਸ ਵੇਲੇ ਹਕੂਮਤ ਚੱਲਦੀ ਹੈ ਕਿਉਂ ਉਹਨਾਂ ਨੂੰ ਪਤਾ ਖੰਨਾ ਸਾਹਿਬ ਅਤੇ ਆਪਣੇ ਕਬੀਲਦਾਰ ਸਾਹਿਬ ਇਹ ਦੋ ਜਿੰਨੇ ਮਿਲ ਜਾਣ ਤਾਂ ਪੂਰਾ ਕੋਈ ਕੁਸਕ ਨਹੀਂ ਸਕਦਾ ਸਾਹਮਣੇ ਪਤਾ ਡੈਡੀ ਜੀ ਤੂੰ ਇਸ ਤਾਕਤ ਨੂੰ ਕਦੀ ਨਾ ਭੁੱਲੋ ਠੀਕ ਹੈ ਤੁਸੀਂ ਆਪਣਾ ਮੈਂ ਤੈਨੂੰ ਤੇਰੀ ਮੈਂ ਬੜੀ ਸੋਚ ਸਮਝ ਕੇ ਤੇਰੀ ਜੇ ਜ਼ਿਆਦਾ ਪੜ੍ਹੀ ਲਿਖੀ ਕੁੜੀ ਹੋਏਗੀ ਨਾ ਉਹਦੀਆਂ ਹੁਜਤਾਂ ਢੇਰ ਹੋਣਗੀਆਂ ਇਹ ਯਾਦ ਰੱਖੀ ਬਹੁਤ ਪੜ੍ਹੀ ਲਿਖੀ ਕੁੜੀ ਦੀ ਬਹੁਤ ਜ਼ਿਆਦਾ ਨਖਰੇ ਹੁੰਦੇ ਇਹ ਗਊ ਹੈਗੀ ਹੈ ਇਹਨੂੰ ਜਿੱਦਾਂ ਮਰਜ਼ੀ ਚੋਈ ਜਾ ਤੈਨੂੰ ਦੁੱਧ ਹੀ ਮਿਲਣਾ ਤੇਰੇ ਤੇਰਾ ਪੇਟ ਕਦੀ ਖਾਲੀ ਨਹੀਂ ਰਹੇ ਨਹੀਂ ਮੈਂ ਗੱਲ ਹਾਸੀ ਮਜ਼ਾਕ ਬੇਟਾ ਪੁੱਤ ਮੇਰੀ ਗੱਲ ਸੁਣ ਦੇਖ ਮੇਰੀ ਗੱਲ ਸੁਣ ਬੇਟਾ ਮੈਂ ਤੇ ਤੇਰੀ ਮਾਂ ਕੜੀ ਪੜ੍ਹੀ ਲਿਖੀ ਸੀ ਮੈਂ ਸਾਰੀ ਜ਼ਿੰਦਗੀ ਕੱਟੀ ਨਾ ਉਹਦੇ ਨਾਲ ਔਰ ਉਹਨੂੰ ਮੈਂ ਰਾਣੀ ਬਣਾ ਕੇ ਰੱਖਿਆ ਤੂੰ ਵੀ ਆਪਣੀ ਜਨਾਨੀ ਨੂੰ ਰਾਣੀ ਬਣਾ ਕੇ ਰੱਖੋ ਬਾਕੀ ਦਾਸੀਆਂ ਜਿੰਨੀਆਂ ਮਰਜ਼ੀ ਰੱਖੋ ਚੁੱਪ ਕਰਕੇ ਠੀਕ ਹੈ ਡੈਡੀ ਜੀ ਚੁੱਪ ਕਰਕੇ ਪਤਾ ਨਾ ਕਿਸੇ ਨੂੰ ਲੱਗੇ ਚਲੋ ਠੀਕ ਹੈ ਮੈਂ ਤੁਹਾਡੀ ਗੱਲ ਮੰਨਦਾ ਪਰ ਤੁਸੀਂ ਵੀ ਮੇਰੀ ਇੱਕ ਗੱਲ ਮੰਨੋ ਹਾਂ ਕੀ ਮੈਂ ਹਰ ਵਾਰੀ ਜਦੋਂ ਬਾਹਰ ਜਾਵਾਂਗਾ ਮੈਂ ਉਹਨੂੰ ਲੈ ਕੇ ਨਹੀਂ ਜਾਵਾਂਗਾ ਜ਼ਰੂਰੀ ਨਹੀਂ ਹੈ ਮੈਂ ਨਹੀਂ ਲੈ ਕੇ ਮੈਂ ਉਹਨੂੰ ਆਪਣੇ ਨਾਲ ਨਾ ਘਰ ਦੇ ਵਿੱਚ ਨਾ ਕਿਸੇ ਕੰਮੀ ਲਾ ਦਾਂਗਾ ਤੂੰ ਚਲੇ ਜਾ ਠੀਕ ਹੈ ਠੀਕ ਹੈ ਠੀਕ ਹੈ ਇਹ ਸਾਡੀ ਡੀਲ ਹੈਗੀ ਆ ਡੀਲ ਹੈਗੀ ਆ ਤੈਨੂੰ ਮੈਂ ਜਿੰਨਾ ਖਾਲੀ ਜਿਹੜੇ ਰਿਸ਼ਤੇਦਾਰਾਂ ਦੀ ਸ਼ਾਦੀਆਂ ਹੋਣਗੀਆਂ ਉਸ ਵੇਲੇ ਉਹ ਉਹਨਾਂ ਦੇ ਵਕਨ ਹੀ ਹੈਗੇ ਕੋਈ ਚੱਕਰ ਨਹੀਂ ਉਹਨਾਂ ਦੇ ਵਕਨ ਦੇ ਹੀ ਆ ਉਹਨਾਂ ਦੇ ਲੇਕਿਨ ਬੇਟਾ ਜਿਨ੍ਹਾਂ ਨੇ ਛੱਡਣ ਦੀ ਗੱਲ ਨਾ ਕਰੀ ਮੈਂ ਦੇਖੋ ਉਹ ਮੇਰੀ ਬੇਟੀ ਹੈ ਕਿ ਨਹੀਂ ਠੀਕ ਹੈ ਬਿਲਕੁਲ ਬਿਲਕੁਲ ਮੇਰੀ ਬੇਟੀ ਹੈ ਨਾ ਹਾਂਜੀ ਤੇ ਫਿਰ ਬੇਟਾ ਠੀਕ ਹੈ ਫਿਰ ਇਦਾਂ ਦੀਆਂ ਗੱਲਾਂ ਨਾ ਕਰ ਠੀਕ ਹੈ ਮੈਂ ਤੇਰੇ ਕੋਲ ਇੱਕ ਗੱਲ ਸਵਾਲ ਪੁੱਛਣਾ ਤੇਰੀ ਮੰਮੀ ਅਨਪੜ੍ਹ ਸੀਗੀ ਠੀਕ ਹੈ ਅਨਪੜ੍ਹ ਨਾ ਹੋਇਆ ਤਾਂ ਮੰਮੀ ਨੇ ਨਹੀਂ ਅਨਪੜ੍ਹ ਮੰਮੀ ਥੋੜਾ ਪੜ੍ਹੀ ਲਿਖੀ ਥੋੜੀ ਪੜ੍ਹੀ ਲਿਖੀ ਹਾਂ ਫਿਰ ਠੀਕ ਅਨਪੜ੍ਹ ਨਹੀਂ ਕਹੋ ਚੌਥੀ ਪਾਸ ਸੀ ਠੀਕ ਚੌਥੀ ਪਾਸ ਦੇਖ ਕਾਕਾ ਜੇ ਉਹਦੀ ਪੜ੍ਹਾਈ ਦੇ ਕਾਰਨ ਮੈਂ
ਉਹਨੂੰ ਕਹਿੰਦਾ ਕਿ ਨਹੀਂ ਮੇਰੀ ਤੇਰੇ ਨਾਲ ਨਹੀਂ ਨਿਭਣੀ ਤਾਂ ਤੇਰੇ ਵਰਗੇ ਗੱਭਰੂ ਜਵਾਨ ਕਿੱਦਾਂ ਹੁੰਦੇ ਇਹ ਵੀ ਸਮਝ ਰਿਹਾ ਕਿ ਨਹੀਂ ਤੂੰ ਹੁਣ ਜਾ ਕੇ ਨਹੀਂ ਬੇਟਾ ਤੂੰ ਜਾ ਕੇ ਥੋੜ੍ਹੀ ਮਿਹਨਤ ਕਰ ਤੇਰੀ ਮਿਹਨਤ ਹਾਲੇ ਪੂਰੀ ਨਹੀਂ ਹੋ ਰਹੀ ਮਿਹਨਤ ਕਰ ਤੇ ਨਿਆਣੇ ਕੱਢ ਠੀਕ ਹੈ ਚਲੋ ਠੀਕ ਹੈ ਮੈਨੂੰ ਮੈਂ ਫਿਰ ਕਦੋਂ ਬੁੱਢੇ ਮਰਨ ਦੇ ਬਾਅਦ ਨਿਆਣਾ ਦੇਖਣਾ ਤੂੰ ਮੈਨੂੰ ਕਹਿ ਰਿਹਾ ਦਵਾਈਆਂ ਖਾਓ ਤੇ ਦਵਾਈਆਂ ਜਲਦੀ ਨਾ ਛੱਡ ਕੇ ਜਾਓ ਸਾਨੂੰ ਤੁਸੀਂ ਮਰਨ ਦੀ ਗੱਲ ਨਾ ਕਰਿਆ ਕਰੋ ਫਿਰ ਤੂੰ ਜਲਦੀ ਜਲਦੀ ਆਪਣਾ ਕੰਮ ਕਰ ਉਹ ਮੈਂ ਤੈਨੂੰ ਦਿਨੇ ਵੀ ਛੁੱਟੀ ਦੇਣਾ ਤੂੰ ਦਿਨ ਵੀ ਆਪਣਾ ਕੰਮ ਕਰ ਲੈ ਮੈਂ ਦੋਨੋਂ ਚੀਜ਼ਾਂ ਸੰਭਾਲ ਲਾਂਗਾ ਤੂੰ ਜਨਾਨੀ ਇੰਨੀ ਬਦਸੂਰਤ ਹੋਏ ਨਾ ਤੇ ਫਿਰ ਕੰਮਾਂ 'ਚ ਬਦਸੂਰਤ ਨਹੀਂ ਹੈ ਇਹ ਗੱਲ ਗਲਤ ਮਤ ਬੋਲ ਤੂੰ ਉਹ ਗਲਤ ਬਾਤ ਮਤ ਬੋਲ ਡੈਡੀ ਜੀ ਜੋ ਹੈ ਹੁਣ ਹੈ ਤੁਹਾਨੂੰ ਵੀ ਮੈਨੂੰ ਘਰ ਦੇ ਚ ਜ਼ਿਆਦਾ ਅੱਛੀ ਲੱਗਦੀ ਹੈ ਠੀਕ ਹੈ ਡੈਡੀ ਚਲ ਸ਼ਾਬਾਸ਼ ਬੇਟਾ ਅੱਛਾ ਡੈਡੀ ਮੈਂ ਸਤਵੰਦ ਨੂੰ ਮਿਲ ਕੇ ਆਉਂਦਾ ਖੁਸ਼ ਰਹਾ ਉਹਦੇ ਕੋਲ 5 ਲੱਖ ਰੁਪਇਆ ਲੈ ਗਿਆ ਕੰਜਰ ਕੋਲੋਂ ਉਹਨੂੰ ਕਹਿ ਤੇਰੇ ਪਿਓ ਨੇ ਨੀ ਉਹਦੇ ਪਿਓ ਦੇ ਨੂੰ ਭੇਜਿਆ ਕੋਈ ਟੈਨਸ਼ਨ ਡੈਡੀ ਮੈਂ ਲੈ ਕੇ ਆਵਾਂਗਾ ਮੈਂ ਉਹਦਾ ਪਿਓ ਲੱਗਦਾ ਉਹਨੂੰ ਬੋਲ ਓਕੇ ਡੈਡੀ ਓਕੇ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ